बठिंडा दी ग्रीन सिटी दी अपार सफलता तो बाद हुन पेश है कन्हैयाज ग्रीन सिटी, जिथे सिक्योरिटी दे पुख्ता प्रबंध, खुलियां सड़कां, हरा भरा वातावरण, बिजली दियां अंडरग्राउंड तारां अते खूबसूरत फुल पौधे, लैंडस्केपिंग अते निर्माण कार्य चल रहे ने तेजी नाल। इस तो पहला कि सारे प्लाट बुक हो जान, संपर्क करो 8556002064 अते 8550602071। घर घर रोजगार का वादा करके सत्ता विच आई पंजाब दी कैप्टन सरकार लगातार मुलाजमान दे नाल नाल आंगनवाड़ी वर्करां ते कच्चे कामियां दे विरोध दा भी सामना कर रही हैं। इसे दौरान अज बठिंडा विच आंगनवाड़ी मुलाजमान वल्लों धरना प्रदर्शन किया गया ते पंजाब सरकार खिलाफ नारेबाजी करते हुए अपनियां मंगां नूं बुलंद किया गया ते इस बारे मंग पत्र भी सौंपिया गया। इस दौरान आंगनवाड़ी मुलाजमान दा कहना सी कि उन्हां कोल प्री प्राइमरी क्लास नूं पढ़ाउण दे लई वैल क्वालिफाइड स्टाफ मौजूद है, जबकि इसके बावजूद भी पंजाब सरकार वालों वक्रे तौर उत्ते स्टाफ की भर्ती शुरू कर दिती गई है, जो कि आंगनवाड़ी मुलाजमान दे नाल धक्का है, जिस दे नाल उन्हां वालों धरना प्रदर्शन इसे प्रकार जारी रखा जाएगा। इसके अलावा उन्हां वालों अपने माण पत्ता ते बाकी सारियां मंगां नूं लैके भी नारेबाजी की गई। अज जिहड़ा असीं मंग पत्र देना है मंत्री साहब नूं, MLA साहब नूं, ਅਤੇ ਇਹਦੇ 'ਚ ਜਿਹੜੀ ਸਾਡੀ ਮੰਗ ਰੱਖੀ ਹੋਈ ਆ ਉਹਦੇ 'ਚ ਇਹ ਸਭ ਤੋਂ ਮੇਨ ਮੰਗ ਆ, ਇੱਕ ਤਾਂ ਇਹ ਹੈ ਵੀ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਨਵਾੜੀ 'ਚ ਨਹੀਂ ਹੈਗੇ, ਉਹਨਾਂ ਨੂੰ ਵਾਪਸ ਕੀਤਾ ਜਾਵੇ। ਇੱਕ ਜਿਹੜੇ ਆਂਗਨਵਾੜੀ ਸੈਂਟਰਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਆ, ਕੋਈ ਵੀ ਫੈਸਿਲਿਟੀ ਨਹੀਂ ਦਿੱਤੀ ਗਈ, ਉਹ ਦਿੱਤੀ ਜਾਵੇ ਸਾਨੂੰ ਆਂਗਨਵਾੜੀ ਸੈਂਟਰਾਂ ਦੇ ਵਿੱਚ। ਇੱਕ ਜਿਹੜੇ ਕਈ ਕੁੜੀਆਂ ਦੇ ਜਿਹੜੇ ਗੁਜ਼ਾਰੇ ਹੈਗੇ ਆ ਵੀ ਇਸੇ ਤਨਖਾਹ ਨਾਲ ਚੱਲਦੇ ਆ, ਜੋ ਕਿ ਤਨਖਾਹ ਸਾਨੂੰ ਟਾਈਮ 'ਤੇ ਨਹੀਂ ਦਿੱਤੀ ਜਾਂਦੀ ਆ। ਇਸ ਕਰਕੇ ਅਸੀਂ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਵੀ ਜਿਹੜੇ ਸਾਡੇ ਸੈਲਰੀਆਂ ਹੈਗੇ ਟਾਈਮ 'ਤੇ ਪਾਈ ਜਾਣ, ਅਤੇ ਇਹਦੇ ਕਰਕੇ ਵੀ ਸਾਨੂੰ MLA ਸਾਹਿਬ ਨੂੰ ਮੰਗ ਪੱਤਰ ਦੇਣਾ ਸੀਗਾ, ਉਹ ਅੱਜ ਸਾਡੇ ਕੋਲ MLA ਸਾਹਿਬ ਆਏ ਨਹੀਂ ਹੈਗੇ। ਕਿਹੜੇ MLA ਸਾਹਿਬ? ਮਨਪ੍ਰੀਤ ਬਾਦਲ। ਅੱਜ ਅਸੀਂ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇਣਾ, 3 ਤੋਂ 6 ਸਾਲ ਦੇ ਬੱਚੇ ਜਿਹੜੇ ਸਾਡੇ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿੱਚ ਕੀਤੇ ਗਏ ਆ, ਉਹ ਅਸੀਂ ਵਾਪਸ ਲੈਣ ਵਾਸਤੇ ਇਹ ਮੰਗ ਦਿੱਤੀ ਹੈ। ਸਾਡੇ ਨਾਲ ਪਹਿਲਾਂ ਉਹਨਾਂ ਨੇ 3 ਸਾਲ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡੇ ਕੋਲ ਹੀ ਰਹਿਣ ਦੇਵਾਂਗੇ ਅਤੇ ਸਾਡੇ ਜਿਹੜੇ ਵਲੰਟੀਅਰ ਆ ਉਹ ਬੱਚਿਆਂ ਨੂੰ ਪੜ੍ਹਾ ਕੇ ਜਾਇਆ ਕਰਨਗੇ। ਪਰ ਹੁਣ ਇਹਨਾਂ ਨੇ ਨਵੀਂ ਭਰਤੀ, ਅੱਜ ਲਾਸਟ ਡੇਟ ਸੀ ਉਹਦੀ ਭਰਨ ਦੀ, ਅਤੇ ਉਹਨਾਂ ਨੇ ਨਵੀਂ ਭਰਤੀ ਰੱਖ ਕਰ ਲਈ ਹੈ ਪ੍ਰੀ ਪ੍ਰਾਇਮਰੀ ਕਲਾਸਾਂ ਵਾਸਤੇ, ਜੋ ਕਿ ਸਾਡੇ ਤੋਂ ਇੱਕ ਸਾਡੀ ਜਿਹੜੀ ਬੇਰੁਜ਼ਗਾਰ ਸਾਨੂੰ ਕਰਤਾ ਸਾਡੇ ਬੱਚੇ ਖੋ ਕੇ। ਅਸੀਂ ਇਹ ਹੋਣ ਨਹੀਂ ਦੇਣਾ, ਕਿਉਂਕਿ ਸਾਡੀ ਜਿਹੜੀ ਇਹ ICD ਸਕੀਮ ਹੈ ਉਹ ਸਾਡੇ ਪ੍ਰੀ ਪ੍ਰਾਇਮਰੀ ਕਲਾਸਾਂ ਤੋਂ ਹੀ ਸ਼ੁਰੂ ਹੁੰਦੀ ਹੈ। ਅਸੀਂ ਇਹਨਾਂ ਨੂੰ ਪ੍ਰੀ ਨਰਸਰੀ ਕਲਾਸ ਨੂੰ ਪਹਿਲਾਂ ਪ੍ਰਾਇਮਰੀ ਕਲਾਸਾਂ ਦੇ ਵਿੱਚ ਫਿਰ ਜਾਂਦੇ ਆ, ਪਹਿਲਾਂ ਸਾਡੇ ਤੋਂ ਪ੍ਰੀ ਸਿੱਖਿਆ ਲੈ ਕੇ ਜਾਂਦੇ ਆ। ਤਾਂ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀਆਂ ਜਿਹੜੇ ਬੱਚੇ ਆ ਸਾਨੂੰ ਵਾਪਸ ਕੀਤੇ ਜਾਣ, ਅਤੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਜੋ ਪ੍ਰਬੰਧ ਹੈ ਉਹ ਵਧੀਆ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਜੋ ਉਹਨਾਂ ਨੂੰ ਦਿੱਤੇ ਜਾਂਦੇ ਉਹ ਸਾਨੂੰ ਦਿੱਤੇ ਜਾਣ, ਮੁਹੱਈਆ ਕਰਾਈ ਜਾਣ। ਅਸੀਂ ਵੀ ਇਹ ਜਿਹੜੇ ਪ੍ਰੀ ਕਲਾਸ ਹੈ ਉਹ ਪੜ੍ਹਾ ਸਕਦੇ ਹਾਂ, ਸਾਡੀਆਂ ਵਰਕਰਾਂ ਜਿਹੜੀਆਂ ਉਹ ਵਧੀਆ ਮਤਲਬ ਪੜ੍ਹੀਆਂ ਲਿਖੀਆਂ ਸਾਰੀਆਂ, ਅਤੇ ਉਹ ਵਧੀਆ ਪ੍ਰੀ ਪ੍ਰਾਇਮਰੀ ਕਲਾਸ ਨੂੰ ਅਟੈਂਡ ਕਰ ਸਕਦੀਆਂ ਗੀਆਂ। ਸੋ ਸਾਨੂੰ ਸਾਡਾ ਹੱਕ ਸਾਡੇ ਤੋਂ ਖੋਇਆ ਨਾ ਜਾਵੇ, ਸਾਨੂੰ ਇਹ ਹੱਕ ਦਿੱਤਾ ਜਾਵੇ ਜੋ ਕਿ ਪਿਛਲੇ 30 ਸਾਲਾਂ ਤੋਂ ਅਸੀਂ ਕਰ ਰਹੇ ਹਾਂ, ਅਤੇ ਇਹ ਅਸੀਂ ਹੁਣ ਆਪਣਾ ਹੱਕ ਖੋਣ ਨਹੀਂ ਦੇਵਾਂਗੇ। ਸਾਡੇ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹੀ ਮੰਗ ਪੱਤਰ ਹੈਗਾ। ਸੋ ਅਸੀਂ ਮਨਪ੍ਰੀਤ ਬਾਦਲ ਜੀ ਨੂੰ ਦੇਣਾ ਚਾਹੁੰਦੇ। ਬਠਿੰਡਾ ਤੋਂ ਸੁਖਮੰਦਰ ਸਿੰਘ ਦੀ ਰਿਪੋਰਟ।